ਸਵਿਮਿੰਗ ਪੂਲ ਦੇ ਵਿੱਚ ਡਿੱਗਣ ਕਾਰਨ ਇੱਕ 13 ਸਾਲ ਦੇ ਮੁੰਡੇ ਦੀ ਮੌਤ ਹੋ ਗਈ ਹੈ। ਦਰਅਸਲ ਆਪਣੇ ਦੋਸਤਾਂ ਦੇ ਨਾਲ ਇਹ ਸ਼ਾਮ ਦੇ ਸਮੇਂ ਦੱਸਿਆ ਜਾ ਰਿਹਾ ਕਿ ਸਵਿਮਿੰਗ ਪੂਲ ਦੇ ਵਿੱਚ ਨਹਾਉਣ ਦੇ ਲਈ ਗਿਆ ਸੀ, ਪਰ ਜਦੋਂ ਇਹ ਘਰ ਵਾਪਸ ਨਾ ਪਰਤਿਆ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਦੀ ਭਾਲ ਸ਼ੁਰੂ ਕੀਤੀ ਗਈ। ਤਾਂ ਜਿਸ ਤੋਂ ਬਾਅਦ ਜਦ ਇਹ ਪੂਲ ਦੇ ਵਿੱਚ ਪਹੁੰਚੇ, ਪੂਲ ਨੂੰ ਖਾਲੀ ਕੀਤਾ, ਪਾਣੀ ਕੱਢਿਆ ਗਿਆ ਉਸਦੇ ਵਿੱਚੋਂ, ਤਾਂ ਉਸਦੇ ਵਿੱਚੋਂ ਇਸ ਮੁੰਡੇ ਦੀ ਲਾਸ਼ ਮਿਲੀ ਹੈ। ਤਾਂ ਦੱਸ ਦਈਏ ਕਿ 13 ਸਾਲ ਦੇ ਮੁੰਡੇ ਦੀ ਸਵਿਮਿੰਗ ਪੂਲ ਦੇ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਹੈ। ਦਰਅਸਲ ਤੁਹਾਨੂੰ ਦੱਸ ਦਈਏ ਕਿ ਗਰਮੀ ਜ਼ਿਆਦਾ ਹੋਣ ਦੇ ਕਾਰਨ ਜੋ ਬੱਚੇ ਨੇ ਅਕਸਰ ਹੀ ਸਵਿਮਿੰਗ ਪੂਲ ਜਾਂ ਫਿਰ ਨਹਿਰਾਂ ਜਾਂ ਫਿਰ ਸੂਇਆਂ ਦੇ ਵਿੱਚ ਨਹਾਉਣ ਦੇ ਲਈ ਜਾਂਦੇ ਨੇ, ਪਰ ਇਹ ਕਿੰਨੇ ਕੁ ਹਾਨੀਕਾਰਕ ਹੁੰਦੇ ਨੇ ਇਸ ਦਾ ਅੰਦਾਜ਼ਾ ਇਸ ਖਬਰ ਤੋਂ ਲਗਾਇਆ ਜਾ ਸਕਦਾ ਹੈ, ਕਿਉਂਕਿ ਸਵਿਮਿੰਗ ਪੂਲ ਦੇ ਵਿੱਚ ਇਹ ਮੁੰਡਾ ਡੁੱਬਿਆ। ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਵਾਰ ਵਾਰ ਇਸ ਮੁੰਡੇ ਦੇ ਵੱਲੋਂ ਛਾਲਾਂ ਮਾਰੀਆਂ ਜਾ ਰਹੀਆਂ ਸੀ ਸਵਿਮਿੰਗ ਪੂਲ ਦੇ ਵਿੱਚ, ਤੇ ਸ਼ਾਮ ਨੂੰ ਜਦੋਂ 6:07 ਤੇ ਆਖਰੀ ਛਾਲ ਇਸ ਦੇ ਵੱਲੋਂ ਸਵਿਮਿੰਗ ਪੂਲ 'ਚ ਮਾਰੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹ ਬਾਹਰ ਨਹੀਂ ਨਿਕਲਦਾ। ਹਾਲਾਂਕਿ ਸਵਿਮਿੰਗ ਪੂਲ ਵਾਲਿਆਂ ਦਾ ਕਹਿਣਾ ਕਿ ਅਨਾਊਂਸਮੈਂਟ ਵੀ ਕਰ ਦਿੱਤੀ ਗਈ ਸੀ ਕਿ ਪੂਲ ਨੂੰ ਖਾਲੀ ਕਰ ਦਿਓ, ਕਿਉਂਕਿ ਸਵੇਰੇ 6 ਤੋਂ ਲੈ ਕੇ ਸ਼ਾਮ ਨੂੰ 6 ਤੱਕ ਹੀ ਪੂਲ ਖੁੱਲ੍ਹਾ ਹੁੰਦਾ ਅਤੇ ਉਸ ਤੋਂ ਬਾਅਦ ਦੇ ਵਿੱਚ ਪਾਣੀ ਕੱਢ ਦਿੱਤਾ ਜਾਂਦਾ। ਤਾਂ ਕਿਹਾ ਜਾ ਰਿਹਾ ਕਿ ਜਦੋਂ ਪਾਣੀ ਕੱਢਿਆ ਗਿਆ ਤਾਂ ਉਸ ਤੋਂ ਬਾਅਦ ਜੋ ਮੁੰਡੇ ਦੀ ਲਾਸ਼ ਆ ਉਹ ਮਿਲਦੀ ਹੈ। ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ। ਖਬਰ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ 13 ਸਾਲ ਦੇ ਮੁੰਡੇ ਦੀ ਸਵਿਮਿੰਗ ਪੂਲ ਦੇ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਹੈ। ਆਪਣੇ ਦੋਸਤਾਂ ਦੇ ਨਾਲ ਇਹ ਸਵਿਮਿੰਗ ਪੂਲ ਦੇ ਵਿੱਚ ਨਹਾਉਣ ਦੇ ਲਈ ਗਿਆ ਸੀ। ਹਾਲਾਂਕਿ ਇਸ ਦੌਰਾਨ CCTV ਵੀ ਸਾਹਮਣੇ ਆਈ ਹੈ ਜਦੋਂ ਇਸ ਮੁੰਡੇ ਦੇ ਵੱਲੋਂ ਛਾਲਾਂ ਮਾਰੀਆਂ ਜਾ ਰਹੀਆਂ ਸੀ ਸਵਿਮਿੰਗ ਪੂਲ ਦੇ ਵਿੱਚ, ਤਾਂ ਕਿਹਾ ਜਾ ਰਿਹਾ ਕਿ ਜਦੋਂ ਇਸਨੇ ਆਖਰੀ ਛਾਲ ਮਾਰੀ ਤਾਂ ਉਸ ਤੋਂ ਬਾਅਦ ਇਹ ਪੂਲ ਦੇ ਵਿੱਚੋਂ ਬਾਹਰ ਹੀ ਨਹੀਂ ਨਿਕਲ ਪਾਇਆ ਅਤੇ ਵਿੱਚ ਹੀ ਡੁੱਬ ਗਿਆ। ਜਿਸ ਤੋਂ ਬਾਅਦ ਜਦੋਂ ਪਾਣੀ ਖਾਲੀ ਹੋਣ ਤੋਂ ਬਾਅਦ ਇਸ ਨੂੰ ਕੱਢਿਆ ਜਾਂਦਾ ਤਾਂ ਜਦੋਂ ਹਸਪਤਾਲ ਲੈ ਕੇ ਪਹੁੰਚਦੇ ਨੇ ਉਦੋਂ ਤੱਕ ਇਸਦੀ ਮੌਤ ਹੋ ਜਾਂਦੀ ਹੈ। ਤਾਂ 13 ਸਾਲ ਦੇ ਮੁੰਡੇ ਦੀ ਸਵਿਮਿੰਗ ਪੂਲ ਦੇ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਹੈ। ਹਾਲਾਂਕਿ ਇਸ ਖਬਰ ਤੋਂ ਸਾਰਿਆਂ ਨੂੰ ਹੀ ਸੇਧ ਲੈਣ ਦੀ ਵੀ ਜ਼ਰੂਰਤ ਹੈ ਕਿ ਕਦੇ ਵੀ ਜੇਕਰ ਗਰਮੀ ਲੱਗਦੀ ਹੈ ਤਾਂ ਘਰ ਦੇ ਵਿੱਚ ਹੀ ਨਹਾ ਲਿਓ, ਕਦੇ ਵੀ ਨਹਿਰ 'ਤੇ ਨਾ ਜਾਓ, ਸੂਏ ਦੇ ਵਿੱਚ ਨਾ ਜਾਓ। ਜੇਕਰ ਸਵਿਮਿੰਗ ਪੂਲ ਦੇ ਵਿੱਚ ਜਾ ਰਹੇ ਹੋ ਤਾਂ ਉੱਥੇ ਸਵਿਮਿੰਗ ਪੂਲ ਵਾਲਿਆਂ ਦੇ ਵੱਲੋਂ ਪੂਰੇ ਪ੍ਰਬੰਧ ਕੀਤੇ ਹੋਣੇ ਜ਼ਰੂਰੀ ਹੋਣੇ ਚਾਹੀਦੇ ਨੇ। ਅੱਛਾ, ਘੱਟੋ ਘੱਟ ਵੀ ਮੁੰਡੇ ਦੇ CCTV ਕੈਮਰੇ ਲੱਗੇ ਪਿੱਛੇ ਦਿਖਾ ਦਿਓ, ਠੀਕ ਹੈ ਜੀ। ਇਹਦੇ 'ਚ ਪੂਰੀ ਫੁਟੇਜ ਆ, 6 ਤੋਂ ਪਹਿਲਾਂ ਮੁੰਡਾ ਛਾਲਾਂ ਮਾਰਦਾ, ਘੱਟੋ ਘੱਟ ਵੀ ਮੁੰਡੇ ਨੇ 70-80 ਛਾਲਾਂ ਮਾਰੀਆਂ, ਠੀਕ ਹੈ। ਜਦੋਂ ਦਾ ਆਇਆ ਲਾਸਟ ਟਾਈਮ ਜਦੋਂ ਵੀ ਮੁੰਡੇ ਦੇ ਵਿੱਚ ਲਾਸਟ ਛਾਲ ਮਾਰੀ, ਉਹਦੇ ਨਾਲ 3 ਨਿਆਣੇ ਨਹਾਉਂਦੇ ਵੀ ਆ, ਜਦੋਂ ਮਰਜ਼ੀ ਫੁਟੇਜ ਲੈ ਜਾਓ ਆ ਕੇ, ਠੀਕ ਹੈ। ਜਦੋਂ ਉਹਨੇ ਛਾਲ ਮਾਰੀ ਆ, ਉਹਦੇ ਨਾਲ ਦੇ ਸਾਈਡ 'ਤੇ ਹੋ ਗਏ ਆ, ਉਹਦੀ ਕੋਈ ਰਿਸਪੋਂਸ ਨਹੀਂ ਆਇਆ ਮੁੰਡੇ ਦਾ, ਉਹ ਚੁੱਪ ਕਰਕੇ ਬਾਹਰ ਆ ਗਏ ਆ। 6 ਦਾ ਭਾਈ ਕਲੋਜ਼ਿੰਗ ਟਾਈਮ ਆ, ਆਵਾਜ਼ ਦੇ ਕੇ ਪੂਲ ਬੰਦ ਆ। ਅੱਛਾ ਜੀ, ਸਵੇਰ ਦੇ 6 ਤੋਂ ਲੈ ਕੇ ਸ਼ਾਮ ਦੇ 6 ਤੱਕ ਖੋਲ ਕੇ ਰੱਖੀਦਾ, 6 ਬਾਅਦ ਬੰਦ ਕਰਦੇ, ਸਾਰੇ ਜਾਣੇ ਬਾਹਰ ਆ ਜਾਂਦੇ ਆ। ਅੱਛਾ ਜੀ ਸਰ, ਉਹਨੂੰ ਪਿਆਰ ਨਾਲ ਨਹੀਂ ਆਉਂਦਾ ਭਾਈ, ਉਹ ਇੱਕ ਦੀ ਇੱਕ ਸਾਈਡ ਨੁੱਕਰ ਤੇ ਛਾਲ ਮਾਰਦਾ, ਹੱਥ ਫੜਦਾ ਕਈ ਦੂਜੀ ਸਾਈਡ ਮਾਰਦਾ, ਠੀਕ ਹੈ ਜੀ। ਸਾਈਡਾਂ ਤੇ ਪੂਰੀ ਦੇਖ ਲਓ, ਮੁੰਡੇ ਸਫਾਈਆਂ ਕਰਦੇ ਆ, ਸਫਾਈ ਹੋ ਰਹੀ ਸਾਰੀ, ਠੀਕ ਹੈ। ਮੁੰਡਾ ਸਫਾਈ ਵਾਲਾ ਲਾਇਆ ਹੋਇਆ, ਠੀਕ ਹੈ ਜੀ। ਸੋ ਉਹਨੇ ਛਾਲ ਮਾਰੀ ਆ, ਛਾਲ ਮਾਰਨ ਤੋਂ ਬਾਅਦ ਅਸੀਂ ਪਾਣੀ ਛੱਡ ਦਿੱਤਾ, ਵੀ ਪੈਲੀਆਂ ਨੂੰ ਬਾਹਰ ਵੀ ਪਾਣੀ ਵੇਸਟ ਨਹੀਂ ਕਰੀਦਾ, ਪਾਣੀ ਪੈਲੀਆਂ ਸਾਡੇ ਨਾਲ ਪੈਲੀਆਂ ਹੀ ਛੱਡ ਦਈਦਾ ਹੈ, ਠੀਕ ਹੈ। ਉਸ ਤੋਂ ਬਾਅਦ ਹੁਣ ਇਹਨਾਂ ਦੇ ਮਾਂ ਪਿਓ ਆਏ ਵੀ ਸਾਨੂੰ ਮੁੰਡਾ ਨਹੀਂ ਲੱਭਾ, ਇੱਦਾਂ ਨਹੀਂ ਉੱਦਾਂ, ਸਫਾਈ ਹੋਣ ਦੀ ਪਾਣੀ ਘੱਟਦੇ ਨੂੰ ਟਾਈਮ ਲੱਗਦਾ, ਹੌਲੀ ਹੌਲੀ ਘਟਿਆ ਪਾਣੀ, ਠੀਕ ਹੈ। ਜਦੋਂ ਪਾਣੀ ਘਟਿਆ, ਮੁੰਡੇ 2-4 ਜਣੇ ਆਏ ਅੰਦਰ, ਜਾ ਕੇ ਉਹਨੇ ਚੈੱਕ ਕੀਤਾ ਅਤੇ ਮੁੰਡਾ ਅੰਦਰ ਦੇਖਿਆ ਵੀ ਮੁੰਡਾ ਅੰਦਰ ਨਿਕਲਿਆ। ਅੱਛਾ, ਪਾਣੀ ਡੁੱਬਿਆ ਨਿਕਲਿਆ? ਹਾਂ ਨਹੀਂ, ਮੁੰਡਾ ਡੁੱਬਾ ਨਿਕਲਿਆ, ਮੁੰਡੇ ਨੇ ਚੱਕਿਆ, ਮੁੰਡੇ ਨੇ ਮੂੰਹ ਉਲਟੀ ਕੀਤੀ, ਸਾਹ ਲੈਂਦਾ ਸੀ, ਮੁੰਡੇ ਨੂੰ ਪੰਪ ਦਿੱਤਾ ਅਗਲਿਆਂ ਨੇ, ਕਦੋਂ 2 ਘੰਟੇ ਹੋ ਗਏ ਰੌਲਾ ਪਾਉਂਦੇ ਵੀ ਮੁੰਡੇ ਨੂੰ ਹੋਸਪਿਟਲ ਲੈ ਜਾਓ, ਹੋਸਪਿਟਲ ਲੈ ਜਾਓ, ਲੈ ਕੇ ਨਹੀਂ ਜਾਣਦੇ ਜੀ ਤੁਸੀਂ। ਮਾਮਲਾ ਇੱਦਾਂ ਕਿ ਜਿਮ ਬਹਾਦਰ ਮੇਰੇ ਕੋਲ ਕੰਮ ਕਰਦਾ, 30 ਹੋ ਗਏ ਕੰਮ ਕਰਦਾ ਜੀ, ਉਹ ਜਿਹੜੀ ਆਪਣੀ ਕੋਠੀ ਦਿੱਤੀ ਹੈ ਜੀ, ਵਿੱਚੇ ਰਹਿੰਦਾ ਦੁਕਾਨ ਦੀ ਬੈਕ ਸਾਈਡ ਜੀ,
ਸਾਢੇ 4 ਵਜੇ ਮੁਹੱਲੇ ਦਾ ਇੱਕ ਮੁੰਡਾ ਹੈਗਾ ਹਰਾਮੀ ਬਹੁਤ ਸ਼ੈਤਾਨ ਜੀ, ਪਤਾ ਨਹੀਂ ਕੌਣ ਹੈਗਾ, ਮੈਨੂੰ ਤਾਂ ਨਾਂ ਦਾ ਨਹੀਂ ਪਤਾ ਹੈਗਾ ਜੀ, ਤੇ ਉਹਨੂੰ ਇਹਨੂੰ ਲੈ ਕੇ ਪਿਆ ਸੀ ਜੀ, ਤੇ 7:30-8 ਵਜੇ ਨਿਕਲ ਆ ਗਿਆ, ਜਦੋਂ ਉਹ ਲੱਭ ਰਿਹਾ ਉਹ ਕਿੱਥੇ ਗਿਆ ਜੀ, ਇੱਕ ਸੈਕਿੰਡ ਸਰ, ਅੱਛਾ ਜੀ, ਤੇ ਜੀ ਮੈਂ ਬਹਾਦਰ ਨਹੀਂ, ਸਾਡੇ ਕੋਲ ਸਕੂਲ ਕੰਮ ਕਰਦੀ ਡਾਕਟਰਾਂ ਜੀ, ਉਹਨੂੰ ਬੁਲਾਇਆ ਕੈਮਰਾ ਦੇਖਿਆ, ਅੱਛਾ ਜੀ, ਕੈਮਰਾ ਚੈੱਕ ਕੀਤਾ ਸਾਰਾ, ਕਹਿੰਦੇ ਮੁੰਡਾ ਲਾਸਟ ਵਿੱਚ ਦੇਖਿਆ ਮੁੰਡਾ ਸੀਵਰ ਉਹਦੇ ਪਾਣੀ ਵਿੱਚ ਜੀ, ਜਿੱਦਾਂ ਕਿ ਤੁਸੀਂ ਕਿੱਦਾਂ ਦੇਖ ਰਹੇ ਹੋ ਸਰ ਕਿ ਇੱਕ ਲਾਪਰਵਾਹੀ ਵਰਤੀ ਗਈ ਹੈ, ਜਿੱਦਾਂ ਕਿ ਇੱਕ ਟਾਈਮ ਹੁੰਦਾ ਸਵਿਮਿੰਗ ਪੂਲ ਦਾ ਬੰਦ ਕਰਨਾ, ਸਵਿਮਿੰਗ ਪੂਲ ਸਵਿਮਿੰਗ ਪੂਲ ਵਾਲੇ ਦਾ ਹਾਂਜੀ ਐਂਟਰੀ ਕਿੱਦਾਂ ਕਰਦੇ ਨੇ ਜੀ, ਜਾ ਕੇ ਐਂਟਰੀ ਕਰਦੇ ਨੇ ਤੇ ਉਹਨਾਂ ਨੂੰ ਧਿਆਨ ਰੱਖਿਆ ਜਾਂਦਾ, ਹਾਂਜੀ ਹਾਂਜੀ, ਇਹਨਾਂ ਕੋਲ ਕੋਈ ਕਾਰਵਾਈ ਕੀਤੀ ਨਹੀਂ ਜਾਂ ਸ਼ਰਾਬੀ ਕੇ ਬੰਦੇ ਆ ਗਏ ਸਵਿਮਿੰਗ ਪੂਲ ਦੇ ਵਿੱਚ, ਬੱਚਾ ਫੜ ਗਿਆ ਡੁੱਬਣ ਦੇ ਨਾਲ, ਸਰ ਕਾਰਨ ਪਤਾ ਲੱਗਾ ਕਿੱਦਾਂ ਡੈਥ ਕਿੱਦਾਂ ਹੋਈ ਬੱਚੇ, ਡੁੱਬ ਕੇ ਮਰਿਆ, ਦੱਸੇ ਜਿਹੜੇ 3 ਬੱਚੇ ਵੀ ਸੀਗੇ ਉਹਦੇ ਨਾਲ, ਉਹਦੇ ਬੱਚਿਆਂ ਬਾਰੇ ਇੱਕ ਮਿੰਟ ਭਾਜੀ, ਉਹਦੇ ਬਾਰੇ ਬੱਚਿਆਂ ਬਾਰੇ ਅਜੇ ਪਤਾ ਨਹੀਂ ਲੱਗਾ ਸਾਨੂੰ, ਕੋਈ ਵੀ ਬੱਚੇ ਆਏ ਹੋਣਗੇ ਤੇ, ਪਰ ਕਹਿ ਰਹੇ ਕਿ ਕੱਪੜੇ ਵੀ ਉਹੀ ਬੱਚੇ ਲੈ ਕੇ ਗਏ ਆ ਘਰੋਂ ਦੇ, ਹੁਣ ਕਿੱਥੇ ਜਾ ਕਿੱਥੇ ਰਹੇ ਬੋਡੀ ਲੈ ਕੇ, ਸਿਵਲ ਹਸਪਤਾਲ ਚੱਲੇ ਆ, ਡੈਡ ਬੋਡੀ ਨੂੰ ਜਮ੍ਹਾਂ ਕਰਾਉਣ, ਕੀ ਕਾਰਵਾਈ ਕੀਤੀ ਜਾ ਰਹੀ, ਕਾਰਵਾਈ ਜਿਸ ਤਰ੍ਹਾਂ ਦੇ ਬਿਆਨ ਉਹ ਕਰਾਉਣਗੇ ਮਾਂ ਬਾਪ ਉਸ ਤਰ੍ਹਾਂ ਦੀ ਕਾਰਵਾਈ ਕਰ ਦਿੱਤੀ ਜਾਊਗੀ।